ਦਾ ਆਪਣਾ ਨਾਮ ਹੁੰਦਾ, ਚੁੱਪ ਦਾ ਆਪਣਾ ਅਸਰ ਹੁੰਦਾ, ਚੁੱਪ ਦਾ ਆਪਣਾ ਇਮਤਿਹਾਨ ਹੁੰਦਾ ਅਤੇ ਚੁੱਪ ਦਾ ਆਪਣਾ ਇੱਕ ਇਤਮਿਨਾਨ ਹੁੰਦਾ। ਸਤਿ ਸ਼੍ਰੀ ਅਕਾਲ, ਮੈਂ ਆ ਸਤਿੰਦਰ ਸੱਤੀ, ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ ਹੈ ਸੋਲ ਬਲੌਗਸ ਦੇ ਵਿੱਚ। ਕਦੇ ਕਦੇ ਦਿਲ ਨਹੀਂ ਕਰਦਾ ਕਿ ਚੁੱਪ ਚਾਪ ਹੋ ਜਾਈਏ, ਕੋਈ ਇਨਸਾਨ ਸਾਨੂੰ ਬੁਲਾਏ ਨਾ। ਅਗਰ ਕੋਈ ਬੁਲਾਉਂਦਾ ਹੈ ਤਾਂ ਇਨਸਾਨ ਦਾ ਦਿਲ ਕਰਦਾ ਉਸਨੂੰ ਕਹਿ ਦੇ ਵੀ ਯਾਰ ਚੁੱਪ ਕਰੋ, ਜ਼ਰਾ ਦੋ ਮਿੰਟ ਮੈਨੂੰ ਸ਼ਾਂਤੀ ਨਾਲ ਬੈਠੇ ਰਹਿੰਦੇ। ਸਭ ਦਾ ਦਿਲ ਕਰਦਾ ਫੋਨ ਆਫ ਕਰ ਦਈਏ, ਕਿਧਰੇ ਦੂਰ ਚਲੇ ਜਾਈਏ ਭੀੜ ਭਾੜ ਤੋਂ, ਜਿੱਥੇ ਕੰਮ ਨਾ ਹੋਵੇ, ਜਿੱਥੇ ਬਿੱਲਾਂ ਦੀ ਚਿੰਤਾ ਨਾ ਹੋਵੇ, ਜਿੱਥੇ ਲੋਕਾਂ ਦੀ ਚਿੰਤਾ ਨਾ ਹੋਵੇ, ਲੋਕ ਕੀ ਕਹਿਣਗੇ, ਕੀ ਕਰ ਰਹੇ ਹੋ, ਇਹ ਸਭ ਗੱਲ ਦੀ ਚਿੰਤਾ ਨਾ ਹੋਵੇ। ਯਾਰ ਅਜੇ ਵੀ ਉੱਥੇ ਨੌਕਰੀ ਕਰ ਰਿਹਾ, ਕੁਛ ਹੋਇਆ ਨਹੀਂ ਜ਼ਿੰਦਗੀ 'ਚ, ਬਾਹਰ ਨਹੀਂ ਗਿਆ, ਵੀਜ਼ਾ ਨਹੀਂ ਲੱਗਾ, ਪੜ੍ਹਾਈ ਅਜੇ ਵੀ ਕਰੀ ਜਾ ਰਿਹਾ। ਕਿੰਨੇ ਸਵਾਲ ਕਰਦੇ ਨੇ ਨਾ ਲੋਕ, ਅਤੇ ਇਹਨਾਂ ਸਵਾਲਾਂ ਦੇ ਜਵਾਬ ਦਿੰਦੇ ਦਿੰਦੇ ਕਈ ਵਾਰ ਬੰਦਾ ਥੱਕ ਜਾਂਦਾ ਅਤੇ ਕਈ ਵਾਰ ਅੱਕ ਜਾਂਦਾ। ਜੀ ਹਾਂ, ਇਨਸਾਨ ਦਾ ਕਦੇ ਕਦੇ ਦਿਲ ਕਰਦਾ ਚੁੱਪ ਕਰ ਜਾਣ ਨੂੰ, ਕਿਉਂਕਿ ਚੁੱਪ ਦੇ ਵਿੱਚ ਬੜੀ ਤਾਕਤ ਹੁੰਦੀ ਹੈ। ਕੁਛ ਸਾਲ ਕਈ ਲੋਕ ਕਹਿੰਦੇ ਨੇ ਕਿ ਗਾਇਬ ਹੋ ਜਾਂਦੇ ਨੇ, ਪਰ ਉਹ ਬੜੇ ਜ਼ਰੂਰੀ ਹੁੰਦੇ ਨੇ। ਜਦੋਂ ਲੱਗੇ ਕਿ ਲੋਕ ਆਲੇ ਦੁਆਲੇ ਬਹੁਤ ਸਵਾਲ ਕਰ ਰਹੇ ਨੇ, ਜਾਂ ਕਈ ਵਾਰ ਇੱਦਾਂ ਨਹੀਂ ਹੁੰਦਾ ਕਿ ਕੋਈ ਗੱਲ ਤੁਸੀਂ ਅੱਜ ਕੱਲ੍ਹ, ਕਿਉਂਕਿ ਲੋਕ ਗੱਲਾਂ ਦਾ ਕੀ ਕਹਿੰਦੇ ਕਿ ਗੱਲਾਂ ਨੂੰ ਖਿਲਾਰ ਜ਼ਿਆਦਾ ਦਿੰਦੇ ਨੇ, ਕੋਈ ਗੱਲ ਤੁਸੀਂ ਕਿਸੇ ਨਾਲ ਕਰਦੇ ਹੋ ਅਤੇ ਉਹ ਗੱਲ ਜਦੋਂ ਹੌਲੀ ਹੌਲੀ 5-7 ਬੰਦਿਆਂ ਕੋਲੋਂ ਮੁੜ ਕੇ ਤੁਹਾਡੇ ਕੋਲ ਆਉਂਦੀ ਹੈ ਨਾ, ਤਾਂ ਤੁਹਾਨੂੰ ਲੱਗਦਾ ਇਹ ਤਾਂ ਉਹ ਗੱਲ ਹੀ ਨਹੀਂ ਸੀ ਜਿਹੜੀ ਮੈਂ ਕਹੀ ਸੀ। ਅਕਸਰ ਬਹੁਤਿਆਂ ਨਾਲ ਇਸ ਤਰ੍ਹਾਂ ਹੁੰਦਾ ਅਤੇ ਰਿਸ਼ਤੇ ਖਰਾਬ ਹੋ ਜਾਂਦੇ ਨੇ। ਕਈ ਵਾਰ ਤੁਸੀਂ ਕਿਸੇ ਦਾ ਸਹਿ ਸੁਭਾਏ ਹਾਲ ਪੁੱਛ ਲੈਂਦੇ ਹੋ ਵੀ ਉਹ ਫਲਾਣਾ ਠੀਕ ਹੈ, ਤੁਹਾਡੀ ਮੁਲਾਕਾਤ ਨਹੀਂ ਹੋਈ ਹੁੰਦੀ, ਤੁਸੀਂ ਫਿਕਰਮੰਦ ਹੁੰਦੇ ਹੋ ਅਤੇ ਅਗਲੇ ਨੂੰ ਅਗਲਾ ਜਾ ਕੇ ਕਹਿੰਦਾ ਹੈ ਕਿ ਬੜਾ ਤੇਰਾ ਅੱਜ ਕੱਲ੍ਹ ਹਾਲ ਚਾਲ ਪੁੱਛਦੇ ਨੇ, ਬੜੀਆਂ ਇਨਕੁਆਇਰੀਆਂ ਹੋ ਰਹੀਆਂ ਨੇ ਤੇਰੀਆਂ। ਅਤੇ ਉਹ ਗੱਲ ਜਦੋਂ ਮੁੜ ਕੇ ਤੁਹਾਨੂੰ ਪੁੱਛੀ ਜਾਂਦੀ ਹੈ ਤਾਂ ਤੁਸੀਂ ਆਪਣੇ ਰਿਸ਼ਤਿਆਂ ਨੂੰ ਗਵਾ ਦਿੰਦੇ, ਕਿਉਂਕਿ ਤੁਸੀਂ ਸ਼ੱਕ ਦੇ ਘੇਰੇ 'ਚ ਆ ਜਾਂਦੇ। ਪਰ ਸਮਾਂ ਇਹ ਜ਼ਰੂਰ ਮੰਗ ਕਰਦਾ ਹੈ ਕਿ ਜਦੋਂ ਤੁਹਾਡੇ ਆਲੇ ਦੁਆਲੇ ਕੁਛ ਵੀ ਠੀਕ ਨਾ ਹੋ ਰਿਹਾ ਹੋਵੇ, ਜਦੋਂ ਚੀਜ਼ਾਂ ਤੁਹਾਡੇ ਵੱਸ 'ਚ ਨਾ ਹੋਣ, ਤਾਂ ਉਦੋਂ ਚੁੱਪ ਹੋ ਜਾਣਾ ਬਹੁਤ ਜ਼ਰੂਰੀ ਹੈ। ਚੁੱਪ ਚਾਪ ਆਪਣੇ ਆਪ ਨਾਲ ਗੱਲ ਕਰੋ, ਆਪਣੀਆਂ ਚੀਜ਼ਾਂ ਨੂੰ ਸੌਰਟ ਆਊਟ ਕਰੋ। ਜ਼ਿੰਦਗੀ 'ਚ ਕਿੱਥੇ ਕਮੀਆਂ ਰਹਿ ਗਈਆਂ, ਕਿੱਥੇ ਫੈਸਲੇ ਨਹੀਂ ਲਿੱਤੇ ਗਏ, ਉਹਨਾਂ ਨੂੰ ਸਿੱਖਣ ਦੀ, ਆਪਣੇ ਆਪ ਨਾਲ ਪੜਚੋਲ ਕਰਨ ਦੀ ਜ਼ਰੂਰਤ ਹੋ ਜਾਂਦੀ ਹੈ ਕਈ ਵਾਰ। ਪਰ ਉਸ ਚੁੱਪ ਦੇ ਵਿੱਚ ਕਈ ਵਾਰ ਤੁਹਾਨੂੰ ਇਉਂ ਨਹੀਂ ਲੱਗਦਾ ਕਿ ਇਨਸਾਨ ਅੰਦਰੋਂ ਤਾਂ ਬਾਹਰੋਂ ਤਾਂ ਚੁੱਪ ਹੋ ਜਾਂਦਾ, ਪਰ ਅੰਦਰ ਉਸਦੇ ਓਨੀ ਹੀ ਹਲਚਲ ਰਹਿੰਦੀ ਹੈ। ਚੁੱਪ ਰਹਿਣ ਦਾ ਮਤਲਬ ਤਾਂ ਹੈ ਕਿ ਜੇ ਅੰਦਰ ਵੀ ਤੁਹਾਡਾ ਚੁੱਪ ਹੋ ਜਾਂਦਾ, ਤੁਹਾਡੇ ਵਿੱਚ ਟ੍ਰਾਂਸਫੋਰਮੇਸ਼ਨ ਆਉਂਦੀ ਹੈ, ਤੁਹਾਡੇ ਵਿੱਚ ਇੱਕ ਚੇਂਜ ਲੋਕਾਂ ਨੂੰ ਮਹਿਸੂਸ ਹੁੰਦੀ ਹੈ, ਔਰ ਉਹ ਚੇਂਜ ਟੈਂਪਰੇਰੀ ਨਹੀਂ ਬਲਕਿ ਪਰਮਾਨੈਂਟ ਹੋਣੀ ਚਾਹੀਦੀ ਹੈ। ਜਦੋਂ ਕਦੇ ਵੀ ਤੁਸੀਂ ਲੋਕਾਂ ਦੀ ਭੀੜ ਤੋਂ ਆਪਣੇ ਆਪ ਨਾਲ ਗੱਲ ਕਰਦੇ ਹੋ, ਕਿਉਂਕਿ ਇਹੋ ਹੀ ਇੱਕ ਇਨਸਾਨ ਹੈ ਜਿਸ ਦੇ ਨਾਲ ਅਸੀਂ ਨਹੀਂ ਬੈਠਦੇ, ਅਸੀਂ ਦੁਨੀਆ ਦੇ ਤਮਾਮ ਲੋਕਾਂ ਨਾਲ ਬੈਠਦੇ ਹਾਂ, ਸਵੇਰੇ ਉੱਠ ਕੇ ਆਪਣੇ ਕੰਮ ਦੇ ਲੋਕਾਂ ਨਾਲ, ਦੁਪਹਿਰੀ ਜਦੋਂ ਫ੍ਰੀ ਟਾਈਮ ਹੁੰਦਾ ਫੋਨ ਕਰਕੇ ਜਿਨ੍ਹਾਂ ਨੂੰ ਗੱਲਬਾਤ ਕਰਨੀ ਹੁੰਦੀ ਉਹਨਾਂ ਨੂੰ, ਸ਼ਾਮ ਨੂੰ ਘਰਦਿਆਂ ਦੇ ਨਾਲ ਅਤੇ ਜਾਂ ਫਿਰ ਯਾਰਾਂ ਦੋਸਤਾਂ ਦੇ ਨਾਲ। ਇਹ ਸ਼ਖਸ ਜਿਹੜਾ ਤੁਹਾਡੇ ਅੰਦਰ ਰਹਿੰਦਾ, ਸਿਰਫ ਇਸ ਨਾਲ ਹੀ ਤੁਸੀਂ ਸਮਾਂ ਬਤੀਤ ਨਹੀਂ ਕਰਦੇ। ਜਦੋਂ ਤੁਸੀਂ ਆਪਣੇ ਨਾਲ ਸਮਾਂ ਬਤੀਤ ਕਰੋਗੇ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਤੁਹਾਡੇ ਅੰਦਰ ਦੀਆਂ ਚੀਜ਼ਾਂ ਕਿੰਨੀਆਂ ਖਰਾਬ ਨੇ ਜਿਹੜੀਆਂ ਤੁਹਾਡੀ ਬਾਹਰੀ ਜ਼ਿੰਦਗੀ ਦੇ ਉੱਤੇ ਅਸਰ ਕਰ ਰਹੀਆਂ ਨੇ। ਔਰ ਇੱਕ ਵਾਰ ਜਦੋਂ ਤੁਸੀਂ ਆਪਣੇ ਨਾਲ ਬੈਠਣ ਦੀ ਆਦਤ ਪਾ ਲੈਂਦੇ ਹੋ, ਅੱਜ ਕੱਲ੍ਹ ਉਸਨੂੰ ਮੈਡੀਟੇਸ਼ਨ ਵੀ ਕਿਹਾ ਜਾਂਦਾ ਹੈ, ਅਗਰ ਤੁਸੀਂ ਆਪਣੇ ਨਾਲ ਬੈਠਣ ਦੀ ਆਦਤ ਪਾ ਲੈਂਦੇ ਹੋ ਜਾਂ ਮੈਡੀਟੇਸ਼ਨ ਕਰਨ ਦੀ ਜਾਂ ਆਪਣੇ ਨਾਲ ਕਿਸੇ ਤਰ੍ਹਾਂ ਦੀ ਕਨਵਰਸੇਸ਼ਨ ਕਰਦੇ ਹੋ, ਤਾਂ ਸੱਚ ਮੰਨਣਾ ਤੁਹਾਨੂੰ ਬਹੁਤ ਸਾਰੀਆਂ ਮਸਲਿਆਂ ਦੇ, ਬਹੁਤ ਸਾਰੀਆਂ ਚੀਜ਼ਾਂ ਦੇ ਹੱਲ ਮਿਲਣੇ ਸ਼ੁਰੂ ਹੋ ਜਾਂਦੇ ਨੇ। ਔਰ ਹਰ ਇਨਸਾਨ ਚਾਹੁੰਦਾ ਕਿ ਮੇਰੀ ਜ਼ਿੰਦਗੀ ਖੂਬਸੂਰਤ ਹੋਵੇ, ਬੜੀ ਸਮੂਥ ਹੋਵੇ, ਲੋਕਾਂ ਦੇ ਵਿੱਚ ਮੇਰੇ ਰਿਸ਼ਤੇ ਬਿਲਕੁਲ ਠੀਕ ਹੋਣ। ਅਗਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਜ਼ਿੰਦਗੀ 'ਚ ਸਭ ਕੁਝ ਵਧੀਆ ਹੋਵੇ, ਤਾਂ ਆਪਣੇ ਨਾਲ ਸਮਾਂ ਬਿਤਾਓ। ਜਦੋਂ ਤੁਸੀਂ ਆਪਣੇ ਨਾਲ ਸਮਾਂ ਬਿਤਾਓਗੇ ਨਾ, ਤਾਂ ਤੁਹਾਡੇ ਨਾਲ ਲੋਕ ਆਪਣੇ ਆਪ ਸਮਾਂ ਬਤੀਤ ਕਰਨਗੇ, ਕਿਉਂਕਿ ਤੁਸੀਂ ਉਹ ਅੱਗ ਨਹੀਂ ਹੋਵੋਗੇ ਜੋ ਆਪਣੇ ਆਪ ਨੂੰ ਅਤੇ ਲੋਕਾਂ ਨੂੰ ਜਲਾ ਰਹੀ ਹੋਏਗੀ, ਬਲਕਿ ਉਹ ਸ਼ਾਂਤੀ ਹੋਵੋਗੇ ਜਿਸ ਦੀ ਮਹਿਕ ਆਲੇ ਦੁਆਲੇ ਦੇ ਲੋਕ ਮਹਿਸੂਸ ਕਰਨਗੇ। ਸੋ ਸੈਲੀਬ੍ਰੇਟ ਲਾਈਫ, ਜ਼ਿੰਦਗੀ ਦੀ ਖੂਬਸੂਰਤੀ ਨੂੰ ਮਾਨੋ। ਕਈ ਵਾਰ ਚੁੱਪ 'ਚ ਵੀ ਇਹ ਖੂਬਸੂਰਤੀ ਬਹੁਤ ਖੂਬਸੂਰਤ ਲੱਗਦੀ।